ਤਾਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ। ਦੱਸ ਦਈਏ ਕਿ ਆਪ ਤੇ ਕਾਂਗਰਸ ਮਿਲ ਕੇ ਇਹ ਚੋਣ ਲੜ ਸਕਦੇ ਆ। ਜੀ ਹਾਂ, ਦੱਸ ਦਈਏ ਕਿ ਇੰਡੀਆ ਅਲਾਇੰਸ ਕਾਰਨ ਜਿਹੜਾ ਬੀਜੇਪੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਕਾਂਗਰਸ ਲਈ ਡਿਪਟੀ ਮੇਅਰ ਦੀ ਕੁਰਸੀ ਆਪ ਛੱਡ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਆ। ਅੱਜ ਕਾਂਗਰਸ ਦੇ ਮੇਅਰ ਦੇ ਉਮੀਦਵਾਰ ਜਿਹੜੇ ਨੇ ਉਹ ਨਾਂ ਵਾਪਸ ਲੈ ਸਕਦੇ ਆ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੇਅਰ ਦੀ ਚੋਣ ਨਾਲ ਜੁੜੀ ਸਭ ਤੋਂ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੋ ਸਾਹਮਣੇ ਆ ਰਿਹਾ, ਤੁਹਾਨੂੰ ਦੱਸ ਦਈਏ ਕਿ ਆਪ ਤੇ ਕਾਂਗਰਸ ਵਿਚਕਾਰ ਲਗਭਗ ਗੱਠਜੋੜ ਹੋ ਚੁੱਕਿਆ ਹੈ। ਆਪ ਤੇ ਕਾਂਗਰਸ ਮਿਲ ਕੇ ਚੋਣਾਂ ਲੜ ਸਕਦੇ ਆ। ਜੀ ਹਾਂ, ਦੱਸ ਦਈਏ ਕਿ ਆਪ ਤੇ ਕਾਂਗਰਸ ਮਿਲ ਕੇ ਚੋਣਾਂ ਲੜ ਸਕਦੇ, ਇਸ ਦੀ ਪਹਿਲੀ ਐਗਜ਼ਾਮਪਲ ਸਾਹਮਣੇ ਆ ਗਈ ਹੈ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਨੂੰ ਲੈ ਕੇ। ਤਾਂ ਜਿੱਥੇ ਤਿੰਨੋਂ ਪਾਰਟੀਆਂ ਦੇ ਅਲੱਗ ਅਲੱਗ ਉਮੀਦਵਾਰਾਂ ਨੇ, ਪਹਿਲਾਂ ਮੇਅਰ ਦੇ ਉਮੀਦਵਾਰਾਂ ਨੇ ਆਪਣਾ ਜਿਹੜਾ ਨਾਂ ਦਾਖਲ ਕੀਤਾ, ਆਪਣੇ ਨਾਂ ਦੇ ਉੱਪਰ ਮੋਹਰ ਲਵਾਉਣ ਦੇ ਲਈ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਆ ਭਰੇ। ਅਤੇ ਉਸ ਤੋਂ ਬਾਅਦ ਜਿਵੇਂ ਇੰਡੀਆ ਅਲਾਇੰਸ ਹੁੰਦਾ ਸੈਂਟਰ ਦੇ ਵਿੱਚ, ਤੁਹਾਨੂੰ ਯਾਦ ਹੋਊਗਾ ਜਿਸ ਹਿਸਾਬ ਦੇ ਨਾਲ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਨੇ, ਰਾਹੁਲ ਗਾਂਧੀ ਹੋਣ, ਮਲਲਿਕਾਰਜੁਨ ਖੜਗੇ ਹੋਣ ਅਤੇ ਨਾਲ ਜਿਹੜਾ ਅਰਵਿੰਦ ਕੇਜਰੀਵਾਲ ਹੋਣ, ਰਾਘਵ ਚੱਡਾ, ਤਾਂ ਸਾਰਾ ਜਿਹੜਾ ਇੰਡੀਆ ਅਲਾਇੰਸ ਨੂੰ ਲੈ ਕੇ ਇੱਕ ਹੁੰਦੇ ਹੋਏ ਨਜ਼ਰ ਆ ਰਿਹਾ ਅਤੇ ਸਾਰਿਆਂ ਦਾ ਸੁਰ ਜਿਹੜਾ ਇੱਕ ਹੁੰਦਾ ਹੋਇਆ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਹੁਣ ਜਿਹੜਾ ਲਗਭਗ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੋ ਚੁੱਕਿਆ ਹੈ। ਜੀ ਹਾਂ, ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਆਪ ਤੇ ਕਾਂਗਰਸ ਜਿਹੜਾ ਇਹ ਮਿਲ ਕੇ ਚੋਣਾਂ ਲੜ ਸਕਦੇ ਆ। ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ, ਜਿੱਥੇ ਇੱਕ ਪਾਸੇ ਇੱਕ ਦੂਜੇ ਦੇ ਉੱਪਰ ਨਿਸ਼ਾਨੇ ਲਾਏ ਜਾ ਰਹੇ ਸੀ ਅਲਾਇੰਸ ਨੂੰ ਲੈ ਕੇ। ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਤਾਂ ਉਸ ਨੂੰ ਲੈ ਕੇ ਵੀ ਜਿਹੜਾ ਪੰਜਾਬ ਦੇ ਵਿੱਚ ਕਿਆ ਸਰਾਈਆਂ ਚੱਲ ਰਹੀਆਂ ਸੀ ਕਿ ਆਖਿਰਕਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕੋ ਮੰਚ 'ਤੇ ਇਕੱਠੇ ਦਿਖ ਸਕਦੇ ਨੇ, ਇੱਕ ਦੂਜੇ ਦੇ ਲਈ ਰੈਲੀਆਂ ਕਰਦੇ ਹੋਏ ਨਜ਼ਰ ਆ ਸਕਦੇ ਆ। ਤਾਂ ਇਸ ਦੀ ਪਹਿਲੀ ਐਗਜ਼ਾਮਪਲ ਜਿਹੜੀ ਹੈ, ਪਹਿਲੀ ਉਦਾਹਰਨ ਜਿਹੜੀ ਉਹ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਲੈਕਸ਼ਨ ਨੂੰ ਜਿਹੜਾ ਮੇਅਰ ਦੀ ਇਲੈਕਸ਼ਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਔਰ ਜਿੱਥੇ ਇੱਕ ਦੂਜੇ ਦੀਆਂ ਸੀਟ ਸ਼ੇਅਰਿੰਗ ਹੋ ਰਹੀਆਂ ਨੇ, ਤਾਂ ਉਹ ਦੂਜੇ ਪਾਸੇ ਇਹ ਗੱਲ ਦੇ ਉੱਪਰ ਵੀ ਠੱਪਾ ਲਗਭਗ ਲੱਗ ਚੁੱਕਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਜਿਹੜਾ ਇੰਡੀਆ ਅਲਾਇੰਸ ਹੈ, ਤਾਂ ਇਹ ਹੋ ਚੁੱਕਿਆ। ਜਿਸ ਦੇ ਹਿਸਾਬ ਨਾਲ ਹੁਣ ਸਾਰੇ ਥਾਵਾਂ ਦੇ ਉੱਪਰ ਇਕੱਠਿਆਂ ਚੋਣ ਲੜਨਗੇ ਆਮ ਆਦਮੀ ਪਾਰਟੀ ਅਤੇ ਕਾਂਗਰਸ। ਤਾਂ ਦੱਸ ਦਈਏ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਔਰ ਅਹਿਮ ਖਬਰ, ਜਿੱਥੇ ਕਿਆ ਸਰਾਈਆਂ ਲੱਗ ਰਹੀਆਂ ਸੀ ਕਿ ਆਖਿਰਕਾਰ ਕਿਵੇਂ ਇਹ ਇੱਕੋ ਸਟੇਜ 'ਤੇ ਇਕੱਠੇ ਹੋ ਸਕਦੇ ਆ, ਕਿਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠਿਆਂ ਚੋਣ ਲੜ ਸਕਦੀ ਹੈ, ਕਿਵੇਂ ਇਕੱਠਿਆਂ ਇੱਕ ਦੂਜੇ ਦੇ ਲੀਡਰਾਂ ਦੇ ਲਈ ਜੋ ਕਿ ਇੱਕ ਦੂਜੇ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਸੀ ਪਹਿਲਾਂ, ਅਤੇ ਇੱਕ ਦੂਜੇ ਦੇ ਲਈ ਹੁਣ ਰੈਲੀਆਂ ਕਰਨਗੇ, ਇੱਕ ਦੂਜੇ ਦੇ ਲਈ ਹੁਣ ਵੋਟਾਂ ਮੰਗਣਗੇ। ਪਰ ਹੁਣ ਮੇਅਰ ਦੀ ਖਬਰ ਦੇ ਉੱਪਰ ਆਈਏ, ਜੇ ਤਾਂ ਮੇਅਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਗਰ ਨਿਗਮ ਮੇਅਰ ਦੀ ਚੋਣ ਜਿਹੜਾ ਬੇਹੱਦ ਇੰਟਰਸਟਿੰਗ ਹੋ ਗਈ ਇਸ ਵਾਰ। ਬੀਜੇਪੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਤਿੰਨੇ ਪਾਰਟੀਆਂ ਚੋਣ ਮੈਦਾਨ 'ਚ ਨੇ, ਅਤੇ ਤਿੰਨਾਂ ਨੇ ਆਪਣੇ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ। ਪਰ ਡਿਪਟੀ ਮੇਅਰ ਦੀ ਕੁਰਸੀ ਜਿਹੜਾ ਉਹ ਛੱਡ ਸਕਦੀ ਹੈ ਆਮ ਆਦਮੀ ਪਾਰਟੀ, ਸੂਤਰਾਂ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ। ਅਤੇ ਮੇਅਰ ਦੀ ਜਿਹੜੀ ਸੀਟ ਹੈ ਉਸਦੇ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਆਪਣਾ ਮੇਅਰ ਦੇ ਉਮੀਦਵਾਰ ਦਾ ਨਾਂ ਪਿੱਛੇ ਕਰ ਸਕਦੀ ਹੈ। ਅਜਿਹਾ ਸਾਹਮਣੇ ਆ ਰਹੀਆਂ ਨੇ ਜੋ ਹੁਣ ਤੱਕ ਜਿਹੜੇ ਨਵੇਂ ਇਕੁਏਸ਼ਨ ਬਣ ਰਹੇ ਆ। ਤਾਂ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਕੁੱਲ ਜਿਹੜੇ ਕੌਂਸਲਰ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ 35 ਹੈ। 35 ਦੇ ਵਿੱਚੋਂ 14 ਭਾਜਪਾ ਦੇ ਕੋਲ ਨੇ, ਅਤੇ 15 ਵੋਟਾਂ ਜਿਹੜਾ 15
ਵੋਟਾਂ ਕੁੱਲ ਨੇ ਜੇ ਪੈ ਗਈਆਂ ਤਾਂ ਉਸਦਾ ਮੇਅਰ ਹੋ ਜਾਏਗਾ। ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕੋਲ 13 ਨੇ, ਕਾਂਗਰਸ ਦੇ ਕੋਲ 7 ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਿਰਫ ਇੱਕ ਕੌਂਸਲਰ ਦੀ ਹੀ ਵੋਟ ਹੈ। ਤਾਂ ਦੱਸ ਦਈਏ ਕਿ ਮੇਅਰ ਦੀ 18 ਜਨਵਰੀ ਨੂੰ ਚੋਣ ਹੋਣੀ ਹੈ, 18 ਜਨਵਰੀ ਨੂੰ ਮੇਅਰ ਚੁਣਿਆ ਜਾਣਾ ਚੰਡੀਗੜ੍ਹ ਦਾ, ਯਾਨੀ ਕਿ 2 ਦਿਨਾਂ ਬਾਅਦ। ਪਿਛਲੇ ਦਿਨਾਂ ਦੌਰਾਨ ਤੁਹਾਨੂੰ ਯਾਦ ਹੋਊਗਾ ਭਾਜਪਾ ਦੇ ਇੱਕ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਜਿਸ ਤੋਂ ਬਾਅਦ ਲਗਾਤਾਰ ਅਨੁਮਾਨ ਲਗਾਏ ਜਾਂਦੇ ਨੇ ਕਿ ਆਖਿਰਕਾਰ ਮੇਅਰ ਦੀ ਚੋਣ ਜਿਹੜਾ ਇੰਟਰਸਟਿੰਗ ਹੋ ਰਹੀ ਹੈ ਔਰ ਬੀਜੇਪੀ ਜਿਹੜਾ ਆਪਣਾ ਮੇਅਰ ਜਿਹੜਾ ਲੱਗ ਰਿਹਾ ਕਿ ਨਹੀਂ ਬਣਾ ਸਕੇਗੀ ਔਰ ਹੋ ਸਕਦਾ ਜਿਹੜੀ ਗੱਠਜੋੜ ਹੋਇਆ ਆਮ ਆਦਮੀ ਪਾਰਟੀ ਅਤੇ ਇੰਡੀਆ ਦਾ ਗੱਠਜੋੜ ਹੋਇਆ ਤਾਂ ਇਸਦੇ ਵਿੱਚ ਇੱਕ ਵੱਡਾ ਉਲਟ ਫੇਰ ਵੇਖਣ ਨੂੰ ਮਿਲ ਸਕਦਾ। ਤਾਂ ਪਹਿਲੀ ਚੋਣ ਅਲਾਇੰਸ ਦੇ ਅੰਡਰ ਲੜੀ ਜਾ ਰਹੀ ਹੈ, ਇਹ ਸਵਾਲ ਹੈ ਕਿ ਅਲਾਇੰਸ ਹੋ ਚੁੱਕੀ ਹੈ ਇਸਦਾ ਪ੍ਰਮਾਣ ਹੈ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ, ਇਹ ਦੂਜਾ ਸਵਾਲ ਹੈ। ਤਾਂ ਇਹਨਾਂ ਸਵਾਲਾਂ ਦੇ ਜਵਾਬ 18 ਤਰੀਕ ਨੂੰ ਹੋ ਸਕਦਾ ਕਿ ਮਿਲ ਜਾਣ, ਕਿਉਂਕਿ ਜਿਸ ਦਿਨ 18 ਤਰੀਕ ਨੂੰ ਮੇਅਰ ਚੁਣਿਆ ਜਾਣਾ ਤਾਂ ਉਦੋਂ ਜਿਹੜਾ ਲਗਭਗ ਇਹ ਚੀਜ਼ਾਂ ਤੈਅ ਹੋ ਚੁੱਕੀਆਂ, ਸਾਫ਼ ਹੋ ਚੁੱਕਿਆ ਜੋ ਹੁਣ ਤੱਕ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਜਿਹੜਾ ਅਲਾਇੰਸ ਹੋ ਚੁੱਕਿਆ, ਕਿਤੇ ਨਾ ਕਿਤੇ ਸੈਂਟਰ ਤੋਂ ਜਿਹੜੀ ਘੁੰਡੀ ਘੁੰਮੀ ਹੈ, ਜਿਹੜਾ ਕਿ ਦਿੱਲੀ ਤੋਂ ਕੇਂਦਰ ਤੋਂ ਜਿਹੜਾ ਪੂਰੀ ਦੀ ਪੂਰੀ ਘੁੰਡੀ ਘੁੰਮੀ ਹੈ, ਤਾਂ ਉਸਦਾ ਅਸਰ ਮੇਅਰ ਦੀਆਂ ਇਲੈਕਸ਼ਨ ਨੂੰ ਲੈ ਕੇ ਦੇਖਿਆ ਜਾ ਸਕਦਾ। ਸਾਫ਼ ਤੌਰ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਚੋਣਾਂ ਲੜਦੇ ਹੋਏ ਨਜ਼ਰ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕਈ ਲੀਡਰ, ਹਾਲਾਂਕਿ ਸੀਨੀਅਰ ਕਾਂਗਰਸੀ ਲੀਡਰ ਇਸਦਾ ਵਿਰੋਧ ਕਰ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਨਹੀਂ ਕਰਨਾ। ਤੁਹਾਨੂੰ ਯਾਦ ਹੋਊਗਾ ਭਾਰਤ ਭੂਸ਼ਣ ਆਸ਼ੂ ਉਹਨਾਂ ਨੇ ਸਿੱਧੇ ਤੌਰ 'ਤੇ ਕਹਿ ਦਿੱਤਾ ਸੀ ਕਿ ਜੇ ਅਲਾਇੰਸ ਹੋਇਆ ਤਾਂ ਮੈਂ ਘਰੇ ਬੈਠਣਾ ਪਸੰਦ ਕਰੂੰਗਾ ਵੋਟ ਲੜਨ ਨਾਲ, ਚੋਣ ਲੜਨ ਨਾਲ। ਤਾਂ ਦੱਸ ਦਈਏ ਕਿ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਸਿੱਖਿਆ ਸਮਾਜਿਕ ਤਬਦੀਲੀ ਦਾ ਦੂਜਾ ਨਾਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਗੱਲ ਨੂੰ ਸਕੂਲ ਆਫ ਐਮੀਨੈਂਸ ਸਕੀਮ ਦੇ ਜ਼ਰੀਏ ਅਮਲੀ ਜਾਮਾ ਪਹਿਨਾ ਰਹੀ ਹੈ। ਸੂਬੇ 'ਚ ਖੁੱਲ ਰਹੇ ਐਮੀਨੈਂਸ ਸਕੂਲਾਂ ਦਾ ਸਿੱਖਿਆ ਪੱਧਰ ਇਸ ਦੀ ਗਵਾਹੀ ਭਰਦਾ ਹੈ। ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਬੇਹੱਦ ਮਿਆਰੀ ਸਿੱਖਿਆ ਮਿਲ ਰਹੀ ਹੈ ਤੇ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਸਕੂਲ ਆਫ ਐਮੀਨੈਂਸ ਇੱਕ ਪ੍ਰੋਜੈਕਟ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਹੈ। ਅਸੀਂ ਪੰਜਾਬ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਜਿੱਥੇ ਵਿਦਿਆਰਥੀ ਪੰਜਾਬ ਸਰਕਾਰ ਤੋਂ ਖੁਸ਼ ਨੇ, ਉੱਥੇ ਹੀ ਅਧਿਆਪਕਾਂ ਨੂੰ ਆਪਣੇ ਸਕੂਲ ਤੇ ਬੇਹੱਦ ਮਾਣ ਹੈ। ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਤੋਂ ਆ ਜੀ, ਐਂਡ ਮੈਂ ਪਿਛਲੇ ਕਈ ਸਾਲ ਤੋਂ ਜਦੋਂ ਤੋਂ ਪਲੱਸ 1-2 ਨੂੰ ਸਾਇੰਸ ਸਟਰੀਮ 'ਚ ਪੜ੍ਹਾ ਰਿਹਾ। ਮੇਰੀ ਇੱਕ ਦਿਲੀ ਤਮੰਨਾ ਸੀ ਕਿ ਜਿਹੜੇ ਪਲੱਸ 1-2 ਦੇ ਬੱਚੇ ਜਿਹੜੇ ਸਾਡੇ ਸਕੂਲਾਂ ਵਿੱਚ ਆਉਂਦੇ ਨੇ, ਇਹ ਜਿਹੜੇ ਕੋਚਿੰਗ ਜਿਹੜੀ ਹੈ ਉਹਦੇ ਤੋਂ ਬਹੁਤ ਜ਼ਿਆਦਾ ਪਿੱਛੇ ਰਹਿ ਜਾਂਦੇ ਸੀਗੇ। ਦਿਲੀ ਤਮੰਨਾ ਹੁੰਦੀ ਸੀ ਪਰ ਇਹਨਾਂ ਨੂੰ ਕੋਚਿੰਗ ਉਨੀ ਮਿਲਦੀ ਨਹੀਂ ਸੀ, ਬਟ ਅਸੀਂ ਹੁਣ ਜਿਹੜੇ ਪੰਜਾਬ ਸਰਕਾਰ ਉਹਦੇ ਬੜੇ ਧੰਨਵਾਦੀ ਹਾਂ। ਸਕੂਲ ਆਫ ਐਮੀਨੈਂਸ ਜ਼ਰੀਏ ਬੱਚਿਆਂ ਲਈ ਨਵੇਂ ਰਾਹ ਖੁੱਲ੍ਹ ਰਹੇ ਨੇ ਅਤੇ ਉਹਨਾਂ 'ਚ ਦ੍ਰਿੜ ਇਰਾਦੇ ਨਾਲ ਆਤਮ ਵਿਸ਼ਵਾਸ ਭਰਿਆ ਜਾ ਰਿਹਾ ਹੈ। ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਸੁਪਨੇ ਨਾ ਹੁਣ ਰਹਿਣੇ ਅਧੂਰੇ, ਪੰਜਾਬ ਸਰਕਾਰ ਕਰੇਗੀ ਪੂਰੇ।